श्रीकाल जी, जिवें तुसी जानते हैगे कल जो हैगा दशहरा दी महोत्सव हैगे और अज भी नवरात्र दी हैगी, इहदे करके मुख मंत्री भगवंत सिंह मान की अगवाई वाली पंजाब सरकार नौजवानों नू खेडा प्रति उत्साहित करन लई पब्बां पा रही है। यही कारण है कि पंजाब सरकार वालों जिथे अंतरराष्ट्रीय पद्धर दे मुकाबलियां दी तैयारी तक लई खिडारियां नू माली सहायता दिती जा रही है, उत्थे ही नौजवानों नू मैदानां नाल जोड़न लई खेडा वतन पंजाब दियां सीजन 3 भी करवाया गया। खेडा वतन पंजाब दियां 2024 सीजन 3 दे ब्लॉक पदरी मुकाबलियां च फुटबॉल, कबड्डी, खो खो, एथलेटिक, वॉलीबॉल ते शूटिंग मुकाबले करवाए गए ने। ਗੋਲੇ ਦੇ ਵਿੱਚ ਸਾਡੇ ਪਲੇਅਰ ਨੇ, ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ, ਹੈ ਨਾ, ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ, ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ। ਖੇਡਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੂਗੀ, ਔਰ ਜਿਨ੍ਹਾਂ ਨੂੰ ਨੌਕਰੀਆਂ ਵੀ, ਇਹਨਾਂ ਨੂੰ ਤਰੱਕੀਆਂ ਵੀ, ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲੀਆਂ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਕਿ ਹੁਣ ਮੈਨੂੰ ਕੀ ਮਿਲ ਜੂਗਾ, ਤਰੱਕੀਆਂ ਵੀ ਦੇਵਾਂਗਾ। ਸੀਜ਼ਨ 3 ਵਿੱਚ ਇਸ ਵਾਰ ਕੁੱਲ 37 ਵੱਖ ਵੱਖ ਖੇਡਾਂ ਸ਼ਾਮਲ ਕੀਤੀਆਂ ਗਈਆਂ ਸਨ। ਇਹਨੇ ਨੇ ਇਸ ਵਾਰ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ। ਮਹੋਤਸਵ ਹੈਗੇ ਔਰ ਅੱਜ ਵੀ ਨਵਰਾਤਰੀ ਦੀ ਹੈਗੀ, ਇਹਦੇ ਕਰਕੇ ਲੋਕੀ ਜੋ ਹੈਗਾ ਉਹ ਅੱਜ ਬਾਹਰ ਰਹਿਣਗੇ ਔਰ ਇਹਨਾਂ ਦੇ ਮਨ ਦੇ ਵਿੱਚ ਕੋਈ ਡਰ ਨਹੀਂ ਹੋਣਾ ਚਾਹੀਦਾ ਕਿ ਕੋਈ ਚੋਰੀ ਚਕਾਰੀ ਹੋਵੇ ਜਾਂ ਇਸ ਤਰੀਕੇ ਦੀ ਕੋਈ ਉਹਨਾਂ ਨਾਲ ਕੋਈ ਪ੍ਰੋਬਲਮ ਆਵੇ। ਉਹਨਾਂ ਦੇ ਕਰਕੇ ਇੱਕ ਪੁਲਿਸ ਦਾ ਸ਼ੋਅ ਆਫ ਸਟਰੈਂਥ ਹੈਗੀ ਜੀ, ਇੱਕ ਕੌਨਫੀਡੈਂਸ ਬਿਲਡਿੰਗ ਮੈਜਰ ਦੇ ਤੌਰ 'ਤੇ ਅੱਜ ਦਾ ਅਸੀਂ ਇਹ ਫਲੈਗ ਮਾਰਚ ਨਿਕਾਲੇ ਨੇ। ਇਸ ਦੇ ਇਲਾਵਾ ਹੁਣ ਜੋ ਪੰਚਾਇਤ ਇਲੈਕਸ਼ਨਸ ਆ ਰਹੇ ਨੇ ਉਹਨਾਂ ਦਾ ਵੀ ਮੱਦੇਨਜ਼ਰ ਰੱਖਦੇ ਹੋਏ ਅੱਜ ਖੰਨਾ ਪੁਲਿਸ ਦੇ ਜੋ ਫੋਰਸ ਹੈਗੇ ਉਹਨਾਂ ਨੂੰ ਨਾਲ ਲੈ ਕੇ ਅੱਜ ਦਾ ਫਲੈਗ ਮਾਰਚ ਕੱਢਿਆ ਗਿਆ ਸੀ ਜੀ। ਜੀ 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 ਬਿਲਕੁਲ ਜੀ, ਤੁਸੀਂ ਜਿਵੇਂ ਦੇਖ ਸਕਦੇ ਹੈਗੇ ਤਕਰੀਬਨ ਸਾਡੇ 500 ਮੁਲਾਜ਼ਮ ਜੋ ਹੈਗੇ ਆ ਉਹ ਆਪਣੇ ਵੱਖ ਵੱਖ ਦਸ਼ਹਰਾ ਪ੍ਰੋਗਰਾਮਸ ਹੈਗੇ ਉਹਨਾਂ ਉੱਥੇ ਆਪਾਂ ਡਿਊਟੀ ਤੈਨਾਤ ਹੈਗੇ। ਅੱਜ ਵੀ ਹੁਣ ਵੀ ਤੁਸੀਂ ਦੇਖ ਸਕਦੇ ਆ ਸਾਡੇ ਰਾਤੀ 10 ਵਜੇ ਤੱਕ ਅੱਜ ਦੇ ਵੀ ਨਾਕੇ ਬੰਦੇ ਹੈਗੇ ਆ, ਉਹਦੇ ਉਸ ਤੋਂ ਇਲਾਵਾ ਵੀ ਰਾਤ ਕੋ ਵੀ ਨਾਕੇ ਵਗੈਰਾ ਲੱਗਣਗੇ, ਪੈਟਰੋਲਿੰਗ ਵੀ ਰਹਿਣਗੇ ਔਰ ਫਿਰ ਕੱਲ੍ਹ ਦਾ ਜੋ ਮੇਨ ਪ੍ਰੋਗਰਾਮ ਹੋਊਗਾ ਉਹਦੇ ਵਿੱਚ ਤਕਰੀਬਨ ਪੂਰੇ ਸਾਡੇ ਕੋਲ ਬਾਹਰ ਦੀ ਫੋਰਸ ਵੀ ਆਈ ਹੋਈ ਹੈਗੀ। ਤੋ ਇਹਨਾਂ ਸਾਰੇ ਨੂੰ ਮਿਲਾ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਤਕਰੀਬਨ 500 ਜੋ ਮੁਲਾਜ਼ਮ ਹੈ ਉਹਨਾਂ ਦਾ ਡਿਊਟੀ ਤੈਨਾਤ ਕੀਤੀ ਗਈ ਹੈਗੀ, ਪੂਰੀ ਸਖਤ ਜੋ ਹੈਗਾ ਅਰੇਂਜਮੈਂਟਸ ਰਹਿਣਗੇ ਜੀ ਸਿਕਿਉਰਿਟੀ। ਬਿਲਕੁਲ ਜੀ, ਪਹਿਲੀ ਵਾਰ ਤੋਂ ਮੈਂ ਤੁਹਾਡੀ ਮੀਡੀਆ ਰਾਹੀਂ ਸਾਰੇ ਖੰਨਾ ਵਾਸੀਆਂ ਨੂੰ ਦਸ਼ਹਰਾ ਮਹੋਤਸਵ ਦੀ ਸ਼ੁਭਕਾਮਨਾਵਾਂ ਦੇਣਾ ਚਾਹੁੰਦੀ ਹਾਂ। ਉਹਦੇ ਨਾਲ ਨਾਲ ਹੀ ਇਹਦੇ 'ਚ ਸਾਰੇ ਹੀ ਘਰ ਤੋਂ ਬਾਹਰ ਆਉਣ, ਆਪਣੇ ਫੈਮਿਲੀ ਦੇ ਨਾਲ ਇਹ ਤਿਉਹਾਰ ਨੂੰ ਸੈਲੀਬ੍ਰੇਟ ਕਰਨ ਔਰ ਉਹਨਾਂ ਦੀ ਸੁਰੱਖਿਆ ਵਾਸਤੇ ਪੰਜਾਬ ਪੁਲਿਸ ਹਮੇਸ਼ਾ ਹੀ ਮੁਸਤੈਦ ਹੈ। ਸਤਿ ਸ਼੍ਰੀ ਅਕਾਲ ਜੀ, ਜਿਵੇਂ ਤੁਸੀਂ ਜਾਣਦੇ ਹੈਗੇ ਕੱਲ੍ਹ ਜੋ ਹੈਗਾ ਦੁਸਹਿਰਾ ਦੀ ਮਹੋਤਸਵ ਹੈਗੇ ਔਰ ਅੱਜ ਵੀ ਨਵਰਾਤਰੀ ਦੀ ਹੈਗੀ, ਇਹਦੇ ਕਰਕੇ ਲੋਕੀ ਜੋ ਹੈਗਾ ਉਹ ਅੱਜ ਬਾਹਰ ਰਹਿਣਗੇ ਔਰ ਇਹਨਾਂ ਦੇ ਮਨ ਦੇ ਵਿੱਚ ਕੋਈ ਡਰ ਨਹੀਂ ਹੋਣਾ ਚਾਹੀਦਾ ਕਿ ਕੋਈ ਚੋਰੀ ਚਕਾਰੀ ਹੋਵੇ ਜਾਂ ਇਸ ਤਰੀਕੇ ਦੀ ਕੋਈ ਉਹਨਾਂ ਨਾਲ ਕੋਈ ਪ੍ਰੋਬਲਮ ਆਵੇ। ਉਹਨਾਂ ਦੇ ਕਰਕੇ ਇੱਕ ਪੁਲਿਸ ਦਾ ਸ਼ੋਅ ਆਫ ਸਟਰੈਂਥ ਹੈਗੀ ਜੀ, ਇੱਕ ਕੌਨਫੀਡੈਂਸ ਬਿਲਡਿੰਗ ਮੈਜਰ ਦੇ ਤੌਰ 'ਤੇ ਅੱਜ ਦਾ ਅਸੀਂ ਇਹ ਫਲੈਗ ਮਾਰਚ ਨਿਕਾਲੇ। ਇਸ ਦੇ ਇਲਾਵਾ ਹੁਣ ਜੋ ਪੰਚਾਇਤ ਇਲੈਕਸ਼ਨਸ ਆ ਰਹੇ ਨੇ ਉਹਨਾਂ ਦਾ ਵੀ ਮੱਦੇਨਜ਼ਰ ਰੱਖਦੇ ਹੋਏ ਅੱਜ ਖੰਨਾ ਪੁਲਿਸ ਦੇ ਜੋ ਫੋਰਸ ਹੈਗੇ ਉਹਨਾਂ ਨੂੰ ਨਾਲ ਲੈ ਕੇ ਅੱਜ ਦਾ ਫਲੈਗ ਮਾਰਚ ਕੱਢਿਆ ਗਿਆ ਸੀ ਜੀ। ਜੀ 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 ਬਿਲਕੁਲ ਜੀ, ਤੁਸੀਂ ਜਿਵੇਂ ਦੇਖ ਸਕਦੇ ਹੈਗੇ ਤਕਰੀਬਨ ਸਾਡੇ 500 ਮੁਲਾਜ਼ਮ ਜੋ ਹੈਗੇ ਆ ਉਹ ਆਪਣੇ ਵੱਖ ਵੱਖ ਦਸ਼ਹਰਾ ਪ੍ਰੋਗਰਾਮਸ ਹੈਗੇ ਉਹਨਾਂ ਉੱਥੇ ਆਪਾਂ ਡਿਊਟੀ ਤੈਨਾਤ ਹੈਗੇ। ਅੱਜ ਵੀ ਹੁਣ ਵੀ ਤੁਸੀਂ ਦੇਖ ਸਕਦੇ ਆ ਸਾਡੇ ਰਾਤੀ 10 ਵਜੇ ਤੱਕ ਅੱਜ ਦੇ ਵੀ ਨਾਕੇ ਬੰਦੇ ਹੈਗੇ ਆ, ਉਹਦੇ ਉਸ ਤੋਂ ਇਲਾਵਾ ਵੀ ਰਾਤ ਕੋ ਵੀ ਨਾਕੇ ਵਗੈਰਾ ਲੱਗਣਗੇ, ਪੈਟਰੋਲਿੰਗ ਵੀ ਰਹਿਣਗੇ ਔਰ ਫਿਰ ਕੱਲ੍ਹ ਦਾ ਜੋ ਮੇਨ ਪ੍ਰੋਗਰਾਮ ਹੋਊਗਾ ਉਹਦੇ ਵਿੱਚ ਤਕਰੀਬਨ ਪੂਰੇ ਸਾਡੇ ਕੋਲ ਬਾਹਰ ਦੀ ਫੋਰਸ ਵੀ ਆਈ ਹੋਈ ਹੈਗੀ। ਤੋ ਇਹਨਾਂ ਸਾਰੇ ਨੂੰ ਮਿਲਾ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਤਕਰੀਬਨ 500 ਜੋ ਮੁਲਾਜ਼ਮ ਹੈ ਉਹਨਾਂ ਦਾ ਡਿਊਟੀ ਤੈਨਾਤ ਕੀਤੀ ਗਈ ਹੈਗੀ, ਪੂਰੀ ਸਖਤ ਜੋ ਹੈਗਾ ਅਰੇਂਜਮੈਂਟਸ ਰਹਿਣਗੇ ਜੀ ਸਿਕਿਉਰਿਟੀ। ਬਿਲਕੁਲ ਜੀ, ਪਹਿਲੀ ਵਾਰ ਤੋਂ ਮੈਂ ਤੁਹਾਡੀ ਮੀਡੀਆ ਰਾਹੀਂ ਸਾਰੇ ਖੰਨਾ ਵਾਸੀਆਂ ਨੂੰ ਦਸ਼ਹਰਾ ਮਹੋਤਸਵ ਦੀ ਸ਼ੁਭਕਾਮਨਾਵਾਂ ਦੇਣਾ ਚਾਹੁੰਦੀ ਹਾਂ। ਉਹਦੇ ਨਾਲ ਨਾਲ ਹੀ ਇਹਦੇ 'ਚ ਸਾਰੇ ਹੀ ਘਰ ਤੋਂ ਬਾਹਰ ਆਉਣ, ਆਪਣੇ ਫੈਮਿਲੀ ਦੇ ਨਾਲ ਇਹ ਤਿਉਹਾਰ ਨੂੰ ਸੈਲੀਬ੍ਰੇਟ ਕਰਨ ਔਰ ਉਹਨਾਂ ਦੀ ਸੁਰੱਖਿਆ ਵਾਸਤੇ ਪੰਜਾਬ ਪੁਲਿਸ ਹਮੇਸ਼ਾ ਹੀ ਮੁਸਤੈਦ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp चैनल पर।